ਮਹਿਲਾ ਟਰੈਕਟਰ ਵਰਖਾ ਸਾਹਿਬ ਸੇ ਵੀ ਜ਼ਿੰਮੇਦਾਰ ਭਾਈਆਂ ਆ ਰਾਮ ਰਾਮ ਭਾਈ ਆਜੇ ਭਾਈ ਦੋ ਰਾਏ ਤੇ ਆ ਆਂਦੇ ਫਿਰਦੇ ਤੋ ਭਾਈ ਤੇ ਮਿਲੇ ਤੇ ਇੱਕ ਤੋ ਕੰਮ ਦਾ ਨਾਮ ਭੁੱਜ ਜਗੇ ਭਾਈ ਤੇ ਮੇਰੇ ਤੇ ਯਾਦ ਨਹੀਂ ਰੰਦਾ ਇਸ ਕਰਕੇ ਵੀਡੀਓ ਭਾਈ ਬਣਾਈ ਭਾਈ ਆ ਕੁਆ ਆਂਦੇ ਜਾਂਦੇ ਮੇਰਾ ਲੱਗਦਾ ਸਾਰੇ ਭਾਈ ਆ ਤੇ ਮਿਲਣਗੇ ਕਿਕੇ ਨਾਮ ਹੈ ਭਾਈ ਆ ਭੁੱਜ ਜਗੇ ਪਹਿਲਾ ਤੇ ਭਾਈ ਤੇ ਭੁੱਜਾ ਰਾਮ ਰਾਮ ਭਾਈ ਕੀ ਹਾਲ ਹੈ ਮੜਾ ਉੱਚਾ ਬੋਲੀ ਯਾਰ ਹੈ ਕੀ ਨਾਮ ਹੈ ਰਾਜ ਕੁਮਾਰ ਰਾਜ ਕੁਮਾਰ ਯੋ ਰਾਜ ਕੁਮਾਰ ਹੈ ਭਾਈ ਰਾਜਕੁਮਾਰ ਇਹ ਫਿਲਮਾਂ ਮਾ ਕਰਦਾ ਤੇ ਕਿੰਨਾ ਵੱਡੀ ਐਕਟਰ ਦਾ ਨਾਮ ਤੇ ਮਨ ਨਾਮ ਹੀ ਇਤਨਾ ਵੱਡੀ ਆ ਰਾਜਕੁਮਾਰ ਠੀਕ ਹੈ ਭਾਈ ਰਾਮ ਰਾਮ ਭਾਈ ਆਪਣਾ ਕੀ ਨਾਮ ਮੇਰਾ ਨਾਮ ਅਸ਼ੋਕ ਹੈ ਭਾਈ ਅਸ਼ੋਕ ਠੀਕ ਹੈ ਗਾਉਂ ਹੈ ਸੁਲੇਡਾ ਅੱਛਾ ਅੱਛਾ ਅਸ਼ੋਕ ਭਾਈ ਜੋ ਆਪਣਾ ਟਰੈਕਟਰ ਦਾ 56 ਆਪਣਾ ਕੀ ਜ਼ਰੂਰਤ ਪੜ ਗਈ ਜਿਸ ਕੀ ਮੋਡੀਫਾਈ ਨਹੀਂ ਟਰੈਕਟਰ ਕੀ ਕਰਵਾਣ ਗਈ ਬੰਨਿਓ ਚੱਲਦੇ ਹੋਣੇ ਮਜ਼ਾਕ ਹੁੰਦੇ ਕਰਦਾ ਜਿਤਨਾ ਹੀ ਦੇਵਾ ਅੱਛਾ ਹਾਂ ਤੋ ਦਿੱਕਤ ਪਹਿਲਾ ਜੁਕਰ ਚੱਲਿਆ ਕਰਦਾ ਕੁੱਕਰ ਚੱਲਦਾ ਹੈ ਉਹ ਪਹਿਲਾ ਤਾਂ ਦਬਸੀ ਦਾ ਚੱਲੇਗਾ ਚੱਕਰ ਵੀ ਅੱਛੇ ਤੋੜੇਗਾ। ਅੱਛਾ। ਇੱਕ ਦੂਸਰਾ ਗੇਰ ਮੈਂ ਵੀ ਮੈਰੋ ਨਾਲ ਤੋੜਨ ਹੋ ਜਾਏ। ਇਹ ਤੂੰ ਮਜ਼ਾ ਆਂਦਾ ਹੋਗਾ ਚਲਾਉਂਦੀ ਆਣਾ। ਜਮਾਂ ਲਟਕਾ ਦੇ ਬਾਈ ਤੂੰ। ਜੀ ਸਾਹ ਵਾ ਚਲਾਉਂਦੀ ਆ। ਇਹ ਆਪਣੇ ਮਿਸਤਰੀ ਦੇ। ਇਹ ਕੁੰਨ ਸੇ ਟ੍ਰੈਕਟਰ ਦੇ ਮਿਸਤਰੀ ਦੇ ਜੀ ਆਪ। ਮੈਸ ਦਾ ਮੱਸੀ ਦਾ। ਮੱਸੀ ਦਾ। ਹਾਂ। ਆ ਤਾਂ ਮੱਸੀ ਟ੍ਰੈਕਟਰਾਂ ਕੇ ਦੇ। ਹਾਂ। ਕਿਤਨੇ ਸਾਲ ਕੰਮ ਕਰਿਆ ਆਪਣੇ? 10-15 ਸਾਲ ਕਰਿਆ ਜੀ। 10-15 ਸਾਲ। ਆਪਣੀ ਦੁਕਾਨ ਕਰ ਰਹੇ ਦੀ। ਹਾਂ ਜੀ। ਅੱਛਾ। ਆਪਣਾ ਆਪਣਾ ਕੀ ਨਾਮ ਹੈ ਜੀ ਸਮਸ਼ੇਰ ਹੈ ਜੀ ਸਮਸ਼ੇਰ ਸਮਸ਼ੇਰ ਜੀ ਨੇ ਬਤਾਈ ਦੀ ਕਿ ਮਿਸਤਰੀ ਜੀ ਹੈ ਹਾਂ ਆ ਹੋਰ ਸੁਣਾਓ ਸਾਬ ਠੀਕ ਹੈ ਜੀ ਵੀ ਨਾ ਡੋਲਦੇ ਨੇ ਧੋਣੇ ਮਜ਼ਾ ਆ ਜਾ ਗਰਗਰਕ ਫਾੜੇ ਚੱਲਣਾ আচ্ছা ਹਾਂ ਫਾਨ ਇਤਨਾ ਉੱਠਾ ਹੈ ਜੀ আচ্ছা ਹਾਂ ਨਹੀਂ ਪਹਿਲਾਂ ਮਜ਼ੇ ਹੀ ਦੇਖਦਾ ਮਜ਼ੇ ਨਹੀਂ ਆਉਂਦੇ ਇਹ ਤਾਂ ਮੈਨੂੰ ਪੂਰਾ ਸੁਆਦ ਆਂਦਾ ਹੋਗਾ ਸੱਤ ਕਿਸ ਜੀ আচ্ছা ਪੂਰਾ ਸੁਆਦ ਆਂਦਾ ਹੋਗਾ ਇੰਦਾ ਪੂਰਾ ਜੀ ਮੈਂ ਠੀਕ ਹੈ ਜੀ ਤਾਂ ਮਿਸਤਰੀ ਜੀ ਦੇ ਬਾਰੇ ਮੈਂ ਕੀ ਬਤਾਓ ਕੁਛ ਆਪ ਮਿਸਤਰੀ ਬਾਰੇ ਮੈਂ ਕੀ ਬਤਾਵਾਂ ਜੀ ਇੱਕ ਟਰੈਕਟਰ ਖੋਲ ਲਿਆ ਤੇ ਜੀ ਉਹ ਫਿਰ ਉਸਮੇ ਫੈਲ ਹੋ ਗਿਆ ਅੱਛਾ ਹਾਂ ਫਿਰ ਜੀ ਮਿਸਤਰੀ ਪਣਾ ਛੋੜ ਦਿਆ ਜੀ ਅੱਛਾ ਇੱਕ ਇੱਕ ਟਰੈਕਟਰ ਖੋਲ ਦੇ ਫੈਲ ਹੋ ਗਿਆ ਨੂੰ ਇੱਕ ਟਰੈਕਟਰ ਇਸ ਤੇ ਫਿਰ ਮੁੜਕਾ ਜੀ ਉਹ ਫਿਟੋ ਨਹੀਂ ਆਇਆ ਜੀ ਸਹੀ ਤਾਂ ਅੱਛਾ ਜੀ ਈਸ਼ਾ ਕੋਣ ਸਾ ਟਰੈਕਟਰ ਖੋਲ ਲਿਆ ਦੇਸੀ ਤਾਂ ਜੀ ਦੇਸੀ ਅੱਛਾ ਕੀ ਕਰ ਦਿਆ ਦਾ ਈਸ਼ਾ ਉਸਮੇ ਉਸਮੇ ਜੀ ਸਾਫਟ ਮੋਟੀ ਕਾ ਲੈ ਕਰਦੀ ਹਾਂ ਪਤਲੀ ਗੱਲ ਦੀ ਜੀ ਆ ਤਾਂ ਪਤਲੀ ਗੱਲ ਦੀ ਅਦਰ ਉਸ ਮੇ ਸਾਪਟ ਪਤਲੀ ਗੱਲ ਦੀ ਟੁੱਟ ਗਈ ਨਾ ਉਹ ਕੋ ਮਨ ਲਾ ਗਈ ਆ ਸਾਪੋਏ ਕੋ ਮੇ ਉਹ ਹੋ ਇਹ ਤਾਂ ਨਾ ਸੇਠਾ ਦਿਆ ਇਹ ਤਾਂ ਫਿਰ ਇਹ ਨਾ ਜੀਟਰ ਉਹ ਭੁੰਡਾ ਹੀ ਲੱਗਦਾ ਹੋਗਾ ਹਾਂ ਕਿ ਗੁੱਸੇ ਕ ਮਾਰੇ ਉਹੜ ਮਾਨਾ ਚਾਹ ਹਾਂ ਹਾਂ ਮਿਸਤਰੀ ਪਣਾ ਛੋੜ ਦਿਆ ਉਹ ਮਿਸਤਰੀ ਪਣਾ ਛੋੜ ਦਿਆ ਥਾਲਾ ਇਹ ਕਰਾ ਜੀ ਸਭ ਤੋਂ ਲੈ ਕੇ ਨਹੀਂ ਕੋ ਮਨ ਹਾਂ ਫਿਰ ਆਪਾਂ ਛੋਟਾ ਧਿਆਨ ਅੱਛਾ ਹੰ ਬੰਦੇ ਨਹੀਂ ਬੰਦੇ ਹੋਈ ਮਿਸਤਰੀ ਜੀ ਕੋ ਕਰੋ ਆ ਸਾਪਟ ਕੀ ਬਾਤ ਹੈ ਬਸ ਦੰਦੇ ਕਸ ਕੇ ਦੰਦੇ ਕਸ ਕੇ ਦੰਦੇ ਦੰਦੇ ਫਰੀ ਹੋ ਗਏ ਆ ਤਾਂ ਦੰਦੇ ਫਰੀ ਹੋ ਗਏ ਫਿਰ ਹੋਰ ਗੱਲ ਦੰਦੇ ਨਹੀਂ ਪਈਏ ਕੋ ਨਹੀਂ ਆ ਆ ਪਈਏ ਪਈਏ ਕੋ ਨਹੀਂ ਦਾ ਕੋ ਨਹੀਂ ਅੱਛਾ ਫਰੀ ਹੋ ਕਿੱਥੀ ਆਪਣੀ ਦੁਕਾਨੇ ਦੁਕਾਨ ਟੋੜਾ ਤੂੰ ਆਲਾ ਹਾਂ ਜੀ ਸਾਲਾ ਹੋ ਗਿਆ ਥੋੜੀ ਜੁੱਤ ਗਿਆ ਇੱਕ ਹਫਤੇ ਬਾਅਦ ਦੁਕਾਨ ਠਾਣੀ ਉਸਨੇ ਇੱਕ ਵੀ ਸੱਤੋ ਨਹੀਂ ਮਿਲੀ ਸੀ ਅੱਛਾ ਜੀ ਹਾਂ ਭਰੇਲੇ ਕੰਮੇ ਖਰਾਬ ਹੋ ਗਿਆ। ਹੋਰ ਕੰਮ ਖਰਾਬ ਹੋਇਆ ਤੇ ਮਾਤਰ ਫਿਰ ਗਿਆ ਅੰਗਲਾ ਤੇ ਫੇਟ ਲੰਦਾ ਜੀ ਦੇ ਦੀ ਦੀ ਸਾਪਟ। ਆਹੋ ਵੀ ਕਸੂਤਾ ਕੰਮ। ਲੇਕਿਨ ਆਜ ਕੱਲ ਦਾ ਪਤਾ ਹੈ ਜੀ ਤੇਰੇ ਮੋਟੇ ਦੰਦੇ ਹੀ ਛਪਟ ਗਈ ਆਂ ਦਿੱਕਤ ਨਾ ਪੜਦੀ। ਹਕ ਨਹੀਂ ਆਜ ਕੋਈ ਦਿੱਕਤ ਨਹੀਂ ਪੜਿਆ ਕਿਸੇ ਬਾਤ ਕੀ ਵੀ। ਟਰੈਕਟਰ ਕਿਸ਼ਾ ਚੱਲਿਆ ਆਪਣੇ ਦੇਖਿਆ। ਟਰੈਕਟਰ ਨੰਬਰ ਸੱਜ। ਅੱਛਾ। ਉਹ ਤਾਂ ਆਪ ਟਰੈਕਟਰ ਪਾਏ ਬੈਠ ਕੇ ਜਿੰਨੀ ਦੂਰ ਤੇ। ਹਾਂ ਜੀ। ਉਹ ਆਣੇ ਦੇ। ਪਤਾ ਵੀ ਲੱਗ ਗਿਆ ਜੀ ਟਰੈਕਟਰ ਬੈਠਿਆ ਗਾਂ ਗੱਡੀਆਂ ਬੈਠਿਆ। ਅੱਛਾ ਜੀ। ਹਾਂ ਇਦਾਂ ਟਰੈਕਟਰ ਸਾਹਿਬ ਚੱਲਿਆ ਨੀ ਬੜਾ ਮਜ਼ ਪਾਚ ਆਵਰੇ ਇਸ ਰਸ ਦਿਨ ਦਿਹਾੜਾ ਮਜ਼ਾ ਆਰ ਫਿਰ ਭਾਈ ਮੈਨੂੰ ਤਾਂ ਚਲਾਇਆ ਹੋਗਾ ਆਪਣੇ ਚਲਾਇਆ ਇੱਕ ਵਾਰ ਡਾਕਟਰ ਕੋਲ ਦਿਖਾ ਦਬਧਾਇ ਨਹੀਂ ਜਾਮ ਵੀ ਆ ਮਜ਼ਾ ਆਵੇ ਚਲਾਣ ਦੀ ਮਜ਼ਾ ਆ ਕੋਣ ਸੇ ਕਰਨ ਠੋਪ ਤੇ ਕੋਈ ਆ ਪਨੇਰੀ ਮੈਂ ਡਾਕਟਰ ਕੋਲ ਸੇ ਜਿਆਦਾ 55000 ਜਪੜਾ ਜਿਆਦਾ 800 ਬਸਨ ਗੈਰੀਆ ਹੈ ਜਿਆਦਾ ਅਰਥ ਉਹ ਲੈਂਡ ਲੱਗ ਗਿਆ ਭਾਈ ਵਿਕਣ ਵੀ ਕਹਿੰਦੇ ਹਾਂ ਇਹ ਵਿਕਣ ਲੱਗ ਗਿਆ ਤਕਰੀਬਨ ਉਹ ਤੋਂ 55 ਆ ਆ ਜਿਆਦਾ ਅੱਛਾ ਇਹ ਵਿਕਣ ਲੱਗ ਗਿਆ ਨਿਊ ਲੈਂਡ ਅੱਛਾ ਜਿਆਦਾ ਤਰ 50% ਹੈ ਇਹ ਵੀ ਅੱਛਾ ਜਿਆਦਾ ਤਰ ਸੋਰਾ ਟਰੈਕਟਰ ਹੈ ਸੋਰਾ ਜਿਆਦਾ ਲੇਵਰ ਆ ਜੀ 50% 50% ਅੱਛਾ ਬਹੁਤ ਜ਼ਿਆਦਾ ਟਰੈਕਟਰ ਹੈ ਭਾਈ ਤੁਹਾਨੂੰ ਲਿਖਾ ਅਰ 55 ਇਹ ਦਨਵਾਈ ਮਾਰਕੀਟ ਹੈ ਮਾਰਾ ਨਹੀਂ ਜ਼ਿਆਦਾ ਹੂੰ ਇਹ ਵੀ ਜੁਕਰ ਮੰਨ ਲੈ ਜੁਕਰ ਸੋਰਾ ਵਾਲੇ ਵੀ ਹੈ ਔਰ ਭਾਈ ਵੀ ਜੁਕਰ ਆਪਣਾ ਟਰੈਕਟਰ ਚੱਲ ਲਗਾ ਲੈ ਇਸ ਬਾਤ ਦਾ ਫਰਕ ਪੜੇਗਾ ਆਪਨੇ ਦੇਖਿਆ ਸੋਰਾ ਦੀ ਗੱਲ ਚੱਲਾਗੇ ਹਾਂ ਮਨੌੜੇ ਲਈ ਦੀ ਸਵਰਾਜ ਦੀ ਟਰਾਈ ਆਪਣੇ ਹਾਂ ਚੱਕਰ ਵੀ ਨੂੰ ਪੂਰਾ ਘੱਟੇ ਉਹਦੀ ਦੋ ਗੇੜਾ ਵੀ ਨਾ ਕੱਟਦਾ ਐ ਮਦਦ ਐਦਾਂ ਮੋੜ ਲਿਆਦਾ ਹਾਂ ਦੇਖ ਵਈ ਇਸਨੇ ਦੇਖਿਆ ਦਾਤੀ ਟਰੈਕਟਰ ਇਹੋ ਇਸ ਬਾਤ ਕਾ ਫਰਕ ਹੈ ਜੋ ਆਦਮੀ ਵਰਤਾ ਕਉਨੇ ਵੀਰਾ ਲੱਗ ਗਏ ਫਿਰ ਚੱਲੋ ਸਭ ਨੂੰ ਆਣੇ ਕੰਨ ਚੱਲਾਂਗੇ ਕਦੋਂ ਕਦੋਂ ਜ਼ਰੂਰ ਚੱਲਾਂਗੇ ਹਾਂ ਚੱਲਾਂਗੇ ਤਾਂ ਜੀਰੀਆ ਪੂਰਾ ਆ ਗਿਆ ਇਧਰ ਤਿਆਰ ਕਰ ਲਿਆ ਆਪਾਂ ਨਹੀਂ ਪੇ ਚੱਲੋ ਗੱਡੀ ਵਿੱਚ ਬੈਠ ਕੇ ਆਮ ਮਲੇ ਗਏ ਕੋਈ ਨਹੀਂ ਫੋਰੇ ਫਿਰ ਮੈਂ ਲੈ ਆਉਂਗਾ ਕੱਦ ਬਵਾਵਾਂਗੇ ਖਾਚ ਆ ਆਪਣੇ ਅੱਜ ਮੈਂ ਆਪਣੇ ਰਾਜਕੁਮਾਰ ਦਾ ਵੀ ਧਿਆਨ ਰੱਖਿਓ ਰੱਖਾਂ ਹਰੀ ਹੋ ਗਨ ਜਦ ਹਾਂ ਦਾ ਆਪਣਾ ਫਿੱਟਣ ਮੈਂ ਠੀਕ ਆ ਸਭ ਬਹੁਤ ਜ਼ਰੂਰੀ ਮੈਂ ਵੀ ਵੇਟ ਕਰਾਂਗਾ ਆਪਾਂ ਦੋਨਾਂ ਤੇ ਜ਼ਰੂਰ ਲਾਉਣਾ ਨਾ ਠੀਕ